ਹਾਂਜੀ ਵੀਡੀਓ ਦੇ ਸਟਾਰਟਿੰਗ ਤੋਂ ਲੈ ਕੇ ਤੁਸੀਂ ਲਾਸਟ ਤੱਕ ਬਣੇ ਰਹੇ ਹੋ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੇ ਤੇ ਤੁਸੀਂ ਫਿਰ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰਕੇ ਜੋ ਇਹ ਗੱਲਾਂ ਕਹੀਆਂ ਨੇ ਇਸ ਬੰਦੇ ਨੇ ਉਹ ਸਹੀ ਕਹੀਆਂ ਨੇ ਜਾਂ ਗਲਤ ਕਹੀਆਂ ਨੇ ਇੰਦਰੈਂਡ ਕੀਰਤ ਬਾਰੇ ਇਸ ਬੰਦੇ ਨੇ ਚੰਗੀਆਂ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਨੇ ਤੇ ਸਾਰੇ ਪੰਜਾਬੀ ਬਲੌਗਰਾਂ ਬਾਰੇ ਇਹ ਗੱਲਾਂ ਬੋਲੀਆਂ ਨੇ ਤੁਸੀਂ ਸਾਰੇ ਜਾਣੇ ਇਹ ਗੱਲਾਂ ਸੁਣਨ ਤੋਂ ਬਾਅਦ ਕਮੈਂਟ ਬਾਕਸ 'ਚ ਕਮੈਂਟ ਜ਼ਰੂਰ ਕਰਕੇ ਇਸ ਨੇ ਸਹੀ ਕਿਹਾ ਜਾਂ ਗਲਤ ਕਿਹਾ ਜਾ ਤੁਹਾਡੇ ਕੋਈ ਹੋਰ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਚ ਜਰੂਰ ਕਮੈਂਟ ਕਰਿਓ ਤੇ ਬਾਕੀ ਇਹ ਵੀਡੀਓ ਤੁਸੀਂ ਬਹੁਤ ਬਹੁਤ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਤੇ ਤੁਹਾਡੇ ਕੀ ਵਿਚਾਰੇ ਤੁਸੀਂ ਆਪਣੇ ਕਮੈਂਟ ਬਾਕਸ ਚ ਜਰੂਰ ਕਮੈਂਟ ਕਰਦੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੋਰ ਅਗੇ ਕੈਂਡ ਕੈਂਡ ਵੀਡੀਓਜ਼ ਦੇਖਣ ਲਈ ਮਿਲਦੇ ਆਪਾਂ ਵੀਡੀਓ ਦੇਖਣ ਨੂੰ ਲਾਸਟ ਤੇ ਪਹਿਲਾਂ ਤਾਂ ਮੈਂ ਕਹਿਣਾ ਸੀ ਵਿਚਾਲਾ ਜੋੜੀ ਤੇ ਕਾਹਤੇ ਵੀਡੀਓ ਬਣਾਉਣੀਆਂ ਮੈਂ ਗੱਲਾਂ-ਗੱਲਾਂ ਦੇ ਵਿੱਚ ਕਾਫੀ ਲਾਂਤਾਂ ਪਾਈਆਂ ਪਰ ਨਹੀਂ ਯਾਰ ਚਲੋ ਇਹਨਾਂ ਦਾ ਤਾਂ ਭਾਬੀਆਂ ਦਾ ਸੁਖ ਲੇਖ ਉਹ ਯਾਰ ਜਿਹੜੇ ਇਹਨਾਂ ਦੇ ਘਰ ਵਾਲੇ ਆ ਉਹਨਾ ਨੇ ਰੀਣ ਸ਼ਰਮ ਨਹੀਂ ਰੱਖੀ ਯਾਰ ਤੁਸੀਂ ਬਸ ਚੰਦ ਕ ਵਿਊਆਂ ਖਾਤਰ ਚੰਦ ਕ ਪੈਸਿਆਂ ਦੇ ਲਈ ਤੁਸੀਂ ਆਪਣੀਆਂ ਘਰ ਵਾਲੀਆਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਯਾਰ ਚੰਗੇ ਚੰਗੇ ਮੁਲਕਾਂ ਦੇ ਵਿੱਚ ਤੁਸੀਂ ਦੋ ਦੋ ਜਾਣੇ ਕੰਮ ਕਰਨਦੇ ਆ ਤਾਂ ਵੀ ਐਡੀ ਕੀ ਨਾ ਬਤਾਈ ਹੋ ਆ ਬਈ ਬਾਕੀ ਪ੍ਰੂਫ ਤਾਂ ਛੱਡੋ ਆਹੀ ਬਲੌਗ ਦੇਖ ਲਓ ਇਹਨਾਂ ਦਾ ਆਖੇ ਸੰਤਾ ਦਾ ਕਿਵੇਂ ਹੋਇਆ ਕਾਰ ਐਕਸੀਡੈਂਟ ਲੈ ਵੀ ਉਹ ਸੰਤਾ ਵਿਚਾਰੀ ਭਾਵੇਂ ਮਰਨ ਕੰਢੇ ਮੌਤ ਦੇ ਮੂੰਹ 'ਚ ਪਈ ਹੋਵੇ ਹਸਪਤਾਲ ਦਾ ਉਹਦੇ ਜਾ ਕੇ ਬਲੌਗ ਬਣਾਉਂਦੇ ਆ ਤੁਸੀਂ ਤੇ ਦੂਸਰੀ ਗੱਲ ਬੇੜਾ ਘਰ ਕਾ ਆਪਣੇ ਲੋਕਾਂ ਦਾ ਜਿਹੜਾ ਦੇਖੋ 2 ਮਾਂਥ ਦੇ ਵਿੱਚ 4.5-5 ਲੱਖ ਲੋਕ ਦੇਖਣਦੇ ਆ ਇੱਕ ਗੱਲ ਕਲੀਅਰ ਕਰਦਾ ਵੀ ਮੈਨੂੰ ਇਹਨਾਂ ਦੇ ਕੋਈ ਪੈਸਿਆਂ ਦੇ ਨਾਲ ਵਿਊਆਂ ਨਾਲ ਕੋਈ ਲੈਣਾ ਦੇਣਾ ਨਹੀਂ ਪਰਮਾਤਮਾ ਨੇ ਇੱਥੇ ਤੱਕ ਪਹੁੰਚਾਇਆ ਬਹੁਤ ਵਧੀਆ ਕਮਾਈ ਕਰ ਰਹੇ ਆ ਪਰ ਮੂਕ ਦੀ ਗੱਲ ਵੀ ਆਪਣੇ ਲੋਕਾਂ ਦਾ ਕਿੰਨਾ ਬੇੜਾ ਘਰ ਕੇ ਇਹਨੇ ਬੇਲੇ ਲੋਕ ਯਾਰ ਜਿਹੜੇ ਇਦਾਂ ਦੀਆਂ ਵੀਡੀਓ ਦੇਖੀ ਜਾਂਦੇ ਇਹਨਾਂ ਦੀਆਂ ਤਾਂ ਚਲੋ ਉਹਨਾਂ ਦੀ ਤਾਂ ਗੱਲ ਛੱਡੋ ਆ ਇਹਨਾਂ ਦਾ ਹਾਲ ਦੇਖ ਲਓ ਇਹਨਾਂ ਦੇ ਘਰ ਵਾਲੇ ਵੀ ਇਦਾਂ ਦੇ ਆ ਯਾਰ ਘਰ ਵਾਲੀ ਉੱਥੇ ਕਿਤੇ ਟਰਾਈ ਰੂਮ ਚ ਕੱਪੜੇ ਚੇਂਜ ਕਰਨ ਜਾਂਦੀ ਆ ਉਹ ਭੈ ਜੋ ਟਰਾਈ ਰੂਮ ਦੇ ਮੋਹਰੇ ਕੈਮਰਾ ਜਾ ਕੇ ਦਿਖਾ ਦੇ ਦੇਖੋ ਜੀ ਮੇਰੇ ਘਰ ਵਾਲੀ ਕੱਪੜੇ ਚੇਂਜ ਕਰਦੀ ਆ ਲੈ ਦੱਸ ਵੀ ਪਤੰਦਰਾ ਕੈਮਰਾ ਫੇ ਅੰਦਰ ਹੀ ਦਿਖਾ ਦੇਵੇ ਖੁਸ਼ਕਾਰੀ ਇਹਦੇ ਜੇ ਵੀਊ ਲੈਣੇ ਆ ਤਾਂ ਤੂੰ ਹੈ ਉਦੋਂ ਹੋਰ ਛੱਡੋ ਘਰ ਵਾਲੀ ਨਾਲ ਬੈਠੀ ਆ ਦਾ ਉੱਤੋਂ ਕਹੀ ਜਾਂਦਾ ਆਖੇ ਮੇਰੀ ਘਰ ਵਾਲੀ ਦੀ ਜੀ ਪੈਂਟ ਪਾੜ ਗਈ ਆਖੇ ਉਹ ਉਦੋਂ ਕਿਹਾ ਫੋਨ ਦਾ ਮਾਈਕ ਬੰਦ ਹੋ ਗਿਆ ਸੀ ਕਿਸੇ ਆਹੋ ਵੀ ਮਾਈਕ ਬੰਦ ਹੋ ਗਿਆ ਜੇ ਨਹੀਂ ਕਿਸੇ ਨੂੰ ਪਤਾ ਲੱਗੇ ਤਾਂ ਤੂੰ ਸੁ ਆਪ ਦੱਸ ਦੇ ਹੈ ਵੇ ਘਰ ਵਾਲੀ ਦੇ ਵੇ ਘਰ ਵਾਲੀ ਦੇ ਮੂੰਹ ਹੋਈ ਕਢਾ ਦੇ ਤੂੰ ਵੀ ਮੇਰੀ ਪੈਂਟ ਪਾੜ ਗਈ ਆ ਉਹ ਯਾਰ ਇੰਨਾ ਯਾਰ ਬੇੜਾ ਗਰਕ ਵੀ ਤੁਸੀਂ 4 ਕੇ ਪੈਸਿਆਂ ਦੇ ਖਾਤਰ ਆਪਣੀਆਂ ਜਨਾਨੀਆਂ ਨੂੰ ਤੁਸੀਂ ਹਨਾ ਐ ਲਾਇਆ ਆ ਤਵੇ ਇੱਕ ਗੱਲ ਤਾਂ ਵੇ ਮੈਂ ਸਿੱਧੀ ਕਹਿ ਦਾਨਾ ਚਾਹੇ ਗੁੱਸਾ ਹੀ ਲੱਗੇ ਤਵੇ ਆ ਬਾਕੀ ਜਿਹੜੇ ਗੋਰੇ ਵੀਡੀਓ ਬਣਾਉਂਦੇ ਵੀ ਉਹ ਕੰਮ ਸ਼ੁਰੂ ਕਰ ਲਓ ਇੱਡੇ ਟੇ ਵੱਡੇ ਦੇਸ਼ਾਂ ਦੇ ਵਿੱਚ ਲੱਖਾਂ ਰੁਪਈਆ ਕਮਾ ਕੇ ਵੀ ਨਹੀਂ ਸਬਰ ਆਉਂਦਾ ਯਾਰ ਤਾਂ ਹੁਣ ਆ ਦੇਖ ਲਓ ਜਿਹੜਾ ਐਕਸੀਡੈਂਟ ਹੋਇਆ ਇਹਦਾ ਬਲੌਗ ਬਣਦਾ ਹੀ ਦੱਸੋ ਮੈਨੂੰ ਇਥੋਂ ਪਤਾ ਲੱਗਦਾ ਵੀ ਆਪਣੇ ਲੋਕ ਕਿੰਨੇ ਵਹਿਲੇ ਦੇਖਣ ਨੂੰ ਤਾਂ ਇਹ ਚਾਰਕ ਪੈਸਿਆਂ ਦੇ ਖਾਤਰ ਕੀ ਕੁਝ ਕਰ ਸਕਦੇ ਆ ਇੱਥੇ ਉਹਨੇ ਦਾ ਘਰ ਵਾਲਾ ਵੀਡੀਓ ਬਣਾਉਂਦੇ ਆ ਕਿ ਤੂੰ ਖਬਰ ਲੈ ਆਈ ਦੀ ਸ਼ਮਤਾ ਦਾ ਕਿਵੇਂ ਆ ਵੀ ਸ਼ਮਤਾ ਨੂੰ ਤੁਸੀਂ ਪਾਣੀ ਪੋਛ ਲਓ ਉਹਨੂੰ ਵਿਚਾਰੀ ਨੂੰ ਭਾਵੇਂ ਸਾਹ ਨਾ ਆਉਂਦੋ ਵੀ ਤਾਂ ਤੁਸੀਂ ਵਲੌਗ ਬਣਾਉਂਦੇ ਆ ਯਾ ਉੱਤੇ 13 ਮਿੰਟ 51 ਸਕਿੰਟ ਦਾ ਹੈ ਤਲ ਦੇਖਣ ਵਾਲੇ ਲੋਕਾਂ ਦੀ ਗਿਣਤੀ ਦੇਖ ਲਓ ਤੁਸੀਂ ਮੋਕਰੀ ਗੱਲ ਵੀ ਇਹਨਾਂ ਦੇ ਘਰ ਵਾਲੇ ਜਿਹੜੇ ਮੈਂ ਸਾਰਿਆਂ ਦੇ ਕਹਿੰਦਾ ਜਿੰਨੇ ਜਿੰਨੇ ਬਲੌਗ ਬਣਾਉਂਦੀ ਆ ਸਾਰਿਆਂ ਦੇ ਵਿੱਚ ਮਤਲਬ ਜਿਹੜੇ ਜਿਹੜੇ ਬਲੌਗ ਬਣਾਉਂਦੀ ਆ ਵੀ ਤੁਸੀਂ ਭਰਾਵਾ ਖੁਸਰੇ ਬਣ ਗਏ ਆ ਘਰ ਵਾਲਿਆਂ ਦੇ ਲੱਖ 4 ਕਮੈਂਟ ਲੱਕ ਹਲਾਉਂਦੀਆਂ ਤਾਂ ਬੌਰੀ ਘੰਟੇ ਪੰਜਾਂ ਦੇ ਵਿੱਚ 6-7 ਲੱਖ ਵਿਊ ਦੇ ਆਉਂਦੀਆਂ ਤਾਂ ਇੰਡੀਆ ਦਾ 20-25 ਹਜ਼ਾਰ ਜਿੰਨਾ ਵੀ ਆ ਦਿਹਾੜੀ ਦਾ ਕੁੱਟ ਕੇ ਉਹ ਜਾਣੇ ਤੁਸੀਂ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਆ ਹੈ